ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਵੈਲਕਮ ਆ। ਸੋ ਹੋਪਲੀ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ। ਸੋ ਅੱਜ ਤੁਹਾਡੇ ਨਾਲ ਜਿੰਨੀਆਂ ਵੀ ਆ ਲੇਟੈਸਟ ਅਪਡੇਟਸ ਸ਼ੇਅਰ ਕਰਦਾ ਵਾਂ। ਸੋ ਵੱਡੀਆਂ ਅਪਡੇਟਸ ਆ ਰਹੀਆਂ, ਸੋ ਕਾਫੀ ਜ਼ਿਆਦਾ ਹੈ ਨਾ, ਅਤੇ ਜਿੱਦਾਂ ਕਿ ਮੈਂ ਤੁਹਾਡੇ ਲਈ ਡਿਫਰੈਂਟ ਡਿਫਰੈਂਟ ਜਿਹੜੀਆਂ ਅਪਡੇਟ ਦੱਸਦਾ ਵਾਂ। ਸੋ ਅੱਜ ਦੱਸ ਰਹੇ ਹਾਂ, ਚਲੋ ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ, ਤੁਹਾਡੇ ਜਿਹੜੇ ਮੇਨ ਗੱਲਾਂ ਬਾਤਾਂ ਵੱਲ ਆਉਂਦੇ ਹਾਂ। ਸੋ ਜਿਹੜੇ ਤੁਹਾਡੇ ਕਮੈਂਟਸ ਨੇ, ਹਾਈਲਾਈਟਡ ਕਮੈਂਟਸ, ਉਹਨਾਂ ਦੀ ਸੰਡੇ ਵੀਡੀਓ ਦੇ ਵਿੱਚ ਰਿਪਲਾਈਜ਼ ਜਿਹੜੇ ਤੁਹਾਨੂੰ ਮਿਲ ਜਾਣਗੇ। ਸੋ ਜਿਹੜੇ ਬਾਕੀ ਕਾਫੀ ਜ਼ਿਆਦਾ ਕਮੈਂਟਸ ਤੁਹਾਡਾ ਰਿਪਲਾਈ ਹੋ ਗਏ ਨੇ। ਸੋ ਪਹਿਲੀ ਜਿਹੜੀ ਗੱਲ ਕਰਨਾ ਚਾਹੁੰਦਾ, ਇਮੀਗ੍ਰੇਸ਼ਨ ਕੋਰਸ ਦੇ ਉੱਤੇ ਆ। ਸੋ ਇਮੀਗ੍ਰੇਸ਼ਨ ਕੋਰਸ ਜਿੱਦਾਂ ਜਿਹੜੀਆਂ ਨੋਨ ਡਿਟੇਨਡ ਹਾਇਰਿੰਗਸ ਨੇ ਜਾਂ ਫਿਰ ਅਲੱਗ ਅਲੱਗ, ਉਹ ਸਾਰੀਆਂ ਇਹਨਾਂ ਨੂੰ ਤੁਸੀਂ EOIR ਦੀ ਅਫਿਸ਼ੀਅਲ ਵੈਬਸਾਈਟ 'ਤੇ ਚੈੱਕ ਵੀ ਕਰ ਸਕਦੇ ਹੋ। ਸੋ ਇਹ 25 ਸਤੰਬਰ ਤੱਕ ਇਹਨਾਂ ਨੇ ਪੋਸਟਪੋਨ ਕਰਤੀਆਂ ਨੇ ਜਿਹੜੀਆਂ ਕੋਟਾਂ, ਕਈ ਕਲੋਜ਼ ਨੇ, ਕਈ ਓਪਨ ਨੇ। ਸੋ ਹੁਣ ਤੁਸੀਂ ਇਹਨੂੰ ਜਿਹੜੀ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, ਪਰ ਜਿਹੜੀਆਂ ਕਲੋਜ਼ ਸੀ ਉਹ 25 ਸਤੰਬਰ ਤੱਕ ਇਹਨਾਂ ਨੇ ਪੋਸਟਪੋਨ ਜਿਹੜੀਆਂ ਕਰ ਦਿੱਤੀਆਂ ਨੇ। ਸੋ ਇਮੀਗ੍ਰੇਸ਼ਨ ਕੋਰਸ ਦੇ ਉੱਤੇ ਆ ਸਭ ਤੋਂ ਪਹਿਲੀ ਜਿਹੜੀ ਇਹ ਨਿਊਜ਼ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀ ਸੀ। ਸੋ ਨੈਕਸਟ ਜਿਹੜੀ ਗੱਲ ਕਰਨਾ ਚਾਹੁੰਦਾ ਹੁਣ, ਇਹ ਨਿਊਜਰਸੀ ਆ। ਸੋ ਨਿਊਜਰਸੀ ਨੇ ਜਿਹੜਾ ਹੁਣ ਅਨਡਾਕੂਮੈਂਟ ਬੰਦਿਆਂ ਨੂੰ ਪੇਸ਼ੇਵਰ ਜਾਂ ਪ੍ਰੋਫੈਸ਼ਨਲ ਲਾਇਸੈਂਸ ਪ੍ਰਾਪਤ ਕਰਨ ਦੀ ਆਗਿਆ ਦੇ ਦਿੱਤੀ ਆ, ਠੀਕ ਹੈ। ਸੋ ਜਿੱਦਾਂ ਜਿਹੜੇ ਨਿਊਜਰਸੀ ਦੇ ਗਵਰਨਰ ਆ, ਸੋ ਇਹਨਾਂ ਨੇ ਸਾਈਨ ਕਰਤੇ ਆ। ਸੋ ਇਹ ਜਿਹੜਾ ਹੁਣ ਇਹ ਜਿਹੜਾ ਇਹਦੇ ਪਰ ਜਿਹੜੇ ਰਾਜਪਾਲ ਆ, ਉਹਨਾਂ ਨੇ ਵੀ ਜਿਹੜਾ ਮੰਗਲਵਾਰ ਨੂੰ ਇਹਦੇ ਵਿੱਚ ਇਹਦੇ 'ਤੇ ਸਾਈਨ ਕਰਤੇ ਆ। ਸੋ ਇਹਦੇ ਵਿੱਚ ਟੀਚਰ ਜਾਂ ਨਰਸ ਜਿਹੜੇ ਅਹੁਦੇ ਨੇ ਉਹ ਲਾਇਸੈਂਸ ਲੈ ਸਕਦੇ ਪ੍ਰੋਫੈਸ਼ਨਲ ਜਿਹੜੇ ਅਨਡਾਕੂਮੈਂਟ ਨੇ। ਸੋ PW ਰਿਸਰਚ ਦੇ ਅਨੁਸਾਰ ਜੇਕਰ ਗੱਲ ਕਰਾਂ ਤਾਂ UERC ਦੇ ਵਿੱਚ 4,75,000 ਲੋਕ ਅਨਡਾਕੂਮੈਂਟ ਨੇ। ਸੋ ਜਿਹੜੀ UERC ਦੇ ਲਈ ਇਹ ਗੁੱਡ ਨਿਊਜ਼ ਆ। ਸੋ ਜਿਹੜੇ ਅਨਡਾਕੂਮੈਂਟ ਆ, ਉਹ ਜਿਹੜਾ ਪ੍ਰੋਫੈਸ਼ਨਲ ਆਪਣੇ ਕਿੱਤੇ ਦੇ ਲਈ ਲਾਇਸੈਂਸ ਲੈ ਸਕਦੇ ਆ, ਜਿੱਦਾਂ ਨਰਸ ਹੋ ਗਏ, ਟੀਚਰ ਹੋ ਗਏ। ਸੋ ਇਹ ਜਿਹੜੀ UERC ਦੇ ਲਈ ਇੱਕ ਵੱਡੀ ਅਪਡੇਟ ਆ ਰਹੀ ਸੀ। ਸੋ ਅਗਲੀ ਜਿਹੜੀ ਅਪਡੇਟ ਹੈਗੀ ਆ, US ਨੇ ਜਿਹੜਾ ਅਗਸਤ ਦੇ ਵਿੱਚ 1.4 ਮਿਲੀਅਨ ਜਿਹੜੀਆਂ ਜੋਬਸ ਐਡ ਕੀਤੀਆਂ ਨੇ। ਲਗਾਤਾਰ ਇਹ ਜੋਬਸ ਜਿਹੜੀਆਂ ਵੱਧਦੀਆਂ ਜਾ ਰਹੀਆਂ ਨੇ। ਪਹਿਲਾਂ ਜਿੱਦਾਂ ਜੁਲਾਈ ਦੇ ਵਿੱਚ 1.7, ਇੱਦਾਂ ਮਤਲਬ ਅਲੱਗ ਅਲੱਗ ਜਿਹੜੀਆਂ ਜੋਬਸ ਆ ਉਹ ਅਪਡੇਟ ਹੋ ਰਹੀਆਂ ਨੇ, ਕਿਉਂਕਿ ਜਿੱਦਾਂ ਜਿੱਦਾਂ ਫੇਸ ਵਾਈਜ਼ USA ਖੁੱਲ੍ਹ ਰਿਹਾ ਵਾ। ਸੋ ਸਾਰੀਆਂ ਜਿਹੜੀਆਂ ਸਿਟੀਆਂ ਜਾਂ ਫਿਰ ਲਾ ਲਓ ਵੀ ਜਿੱਦਾਂ ਜਿੱਦਾਂ ਸਟੇਟਸ ਜਿਹੜੇ ਖੋਲ੍ਹ ਰਹੇ ਨੇ, ਕੈਲੀਫੋਰਨੀਆ ਜ਼ਿਆਦਾ ਇਸ ਟਾਈਮ ਕਲੋਜ਼ ਰੱਖਿਆ ਹੋਇਆ। ਸੋ ਬਾਕੀ ਜਿਹੜੀਆਂ ਸਟੇਟਸ ਜ਼ਿਆਦਾ ਖੁੱਲ੍ਹ ਰਹੀਆਂ ਨੇ, ਸੋ ਲਗਾਤਾਰ ਉਹਨਾਂ ਦੇ ਵਿੱਚ ਜੋਬਸ ਜਿਹੜੀਆਂ ਓਪਨ ਹੋ ਰਹੀਆਂ ਨੇ। ਸੋ ਅੱਜ ਦੀ ਜਿਹੜੀ ਵੱਡੀ ਅਪਡੇਟ ਆ, COVID-19 ਦਾ ਲਾ ਲਓ ਵੀ ਕਰੋਨਾ ਵਾਇਰਸ ਦੀ ਵੈਕਸੀਨ 'ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ, ਸੋ ਇਹਨਾਂ ਨੇ ਵੱਡਾ ਐਲਾਨ ਕੀਤਾ। ਸੋ ਇਹਨਾਂ ਨੇ ਦਾਅਵਾ ਕੀਤਾ ਵੀ ਜਿਹੜਾ ਨੈਕਸਟ ਮੰਥ ਆ, ਸੋ ਇਹਦੇ ਸੰਬੰਧੀ ਕੱਲ੍ਹ ਵੀ ਆਪਾਂ ਤੁਹਾਨੂੰ ਥੋੜ੍ਹੀ ਇੱਕ ਐਕਸਪਲੇਨ ਕੀਤੀ ਸੀ ਨਿਊਜ਼, ਇਹ ਦੱਸਿਆ ਵੀ ਜਿਹੜਾ ਅਗਲੇ ਨੈਕਸਟ ਮੰਥ ਦੇ ਵਿੱਚ ਟੀਕਾ ਜਿਹੜਾ ਲਗਾਇਆ ਜਾਊਗਾ। ਸੋ ਇਹਨਾਂ ਨੇ ਜਿਹੜਾ ਹੁਣ ਵੀਰਵਾਰ ਨੂੰ ਪੈਨਸਲਵੇਨੀਆ ਦੇ ਵਿੱਚ ਇੱਕ ਰੈਲੀ ਦੇ ਵਿੱਚ ਇਹ ਚੀਜ਼ ਦੱਸੀ ਹੈ ਵੀ 3 ਟੀਕੇ ਜਿਹੜੇ ਕਲੀਨਿਕਲ ਜਮਾਇਸ਼ ਦੇ ਲਈ ਅੰਤਿਮ ਪੜਾਅ ਦੇ ਵਿੱਚ ਨੇ। ਕਹਿੰਦਾ ਵੀ ਲਾਸਟ ਜਿਹੜਾ ਫੇਸ ਇਹਨਾਂ ਦਾ ਚੱਲ ਰਿਹਾ ਵਾ। ਸੋ ਇਹਨਾਂ ਨੇ ਲੈਕਟੋਪ ਪੈਨਸਲਵੇਨੀਆ ਦੇ ਵਿੱਚ ਇਹ ਜਿਹੜੀ ਚੀਜ਼ ਦੱਸੀ ਆ ਵੀ 1 ਅਕਤੂਬਰ ਦੇ ਲਾਸਟ ਤੱਕ, ਅੰਤ ਤੱਕ ਜਿਹੜਾ ਇਹ ਅਸੀਂ ਲਾਂਚ ਕਰ ਸਕਦੇ ਹਾਂ। ਸੋ ਇਹ ਗੱਲ ਦਾ ਇਹਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ, ਉਹਨਾਂ ਨੇ ਇਹ ਗੱਲ ਦਾ ਖੰਡਨ ਵੀ ਕੀਤਾ ਵੀ ਜਿਹੜੀ ਇਹ ਚੀਜ਼ ਆ ਵੀ ਇਹਦਾ ਕਿਸੇ ਇਲੈਕਸ਼ਨ ਪੋਲੀਟਿਕਸ ਦੇ ਨਾਲ ਇਹਦਾ ਕਹਿੰਦਾ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ। ਸੋ ਇਹਦੇ ਸੰਬੰਧੀ ਥੋੜ੍ਹਾ ਜਿਹਾ ਮੈਂ ਤੁਹਾਨੂੰ ਇਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਟੀਕੇ ਦੇ ਪ੍ਰਮੁੱਖ ਜਿਹੜੇ ਬੰਦੇ ਉਹਨਾਂ ਨੇ ਜਿਹੜਾ ਇਹਦੇ ਬਾਰੇ ਕੀ ਕਿਹਾ ਉਹ ਤੁਹਾਨੂੰ ਮੈਂ ਦੱਸ ਦਿੰਦਾ। ਸੋ ਜਿਹੜਾ ਇਹ ਆਪਰੇਸ਼ਨ ਹੈ ਇਹਦਾ ਨਾਮ ਬਾਰਮ ਸਪੀਡ ਆ। ਸੋ ਇਹਦੇ ਜਿਹੜੇ ਮੁੱਖ ਸਲਾਹਕਾਰ ਹੈ ਮੌਨਸਮ ਸਲਿਓਨੀ, ਇਹਨਾਂ ਨੇ ਇੰਟਰਵਿਊ ਦੌਰਾਨ ਹੁਣ ਜਿਹੜੀ ਆਪਣੀ ਜਿਹੜਾ ਇਹਦੇ ਬਾਰੇ ਟੀਕੇ ਬਾਰੇ ਐਕਸਪਲੇਨ ਕੀਤਾ, ਉਹਨਾਂ ਨੇ ਦੱਸਿਆ ਵੀ ਜਿਹੜੀ ਇਹ ਪ੍ਰਕਿਰਿਆ ਦੇ ਵਿੱਚ ਮੈਂ ਕਿਸੇ ਵੀ ਪ੍ਰਕਾਰ ਦੀ ਕਹਿੰਦਾ ਸੀ ਦਖਲ ਅੰਦਾਜ਼ੀ ਹੁੰਦੀ ਆ ਤਾਂ ਮੈਂ ਜਿਹੜਾ ਇਹਦੇ ਪਰ ਆਪਣੇ ਅਹੁਦੇ ਪਰ ਉਹ ਕਹਿੰਦਾ ਅਸਤੀਫਾ ਦੇ ਦੂੰਗਾ। ਕਿਉਂਕਿ ਜਿਹੜਾ ਉਹਦਾ COVID-19 ਦੇ ਨਾਲ ਕਹਿੰਦਾ ਰੋਜ਼ 1000 ਜਿਹੜੇ ਲੋਕ ਆ ਉਹ ਮਰ ਰਹੇ ਨੇ। ਸੋ ਜੇ ਇਹ 25 ਅਕਤੂਬਰ ਨੂੰ ਕਹਿੰਦਾ ਵੀ ਸੁਰੱਖਿਅਤ ਆ, ਸੋ ਤਾਂ ਇਹਨੂੰ 25 ਅਕਤੂਬਰ ਨੂੰ ਲਾਂਚ ਕਰੋ। ਜੇ ਇਹ 17 ਨਵੰਬਰ ਨੂੰ ਸੁਰੱਖਿਅਤ ਆ, 17 ਨੂੰ ਕਰੋ, ਜਾਂ 31 ਦਸੰਬਰ ਨੂੰ ਸੁਰੱਖਿਅਤ ਆ ਤਾਂ ਇਹਨੂੰ 31 ਦਸੰਬਰ ਨੂੰ ਕਰੋ। ਸੋ ਉਹ ਕਹਿੰਦਾ ਵੀ ਇਹਨੂੰ ਰਾਜਨੀਤੀ ਤੋਂ ਬਚਾਉਣ ਦੀ ਲੋੜ ਆ ਵੀ, ਕਿਉਂਕਿ ਇਹਦਾ ਮਤਲਬ ਕਹਿਣ ਦਾ ਵੀ ਜਿੱਦਾਂ ਹੁਣ ਇਲੈਕਸ਼ਨ ਨੀਅਰ ਆ ਵੀ ਹੋ ਸਕਦਾ ਵੀ ਇਹ ਪੋਲੀਟੀਕਲ ਪ੍ਰੈਸ਼ਰ ਹੋਵੇ ਵੀ ਜਲਦੀ ਹੈ ਨਾ ਤੁਸੀਂ ਟੀਕਾ ਲਿਆਓ, ਕਿਉਂਕਿ ਇਲੈਕਸ਼ਨ ਦੇ ਨੀਅਰ ਆ ਕੇ ਵੋਟਿੰਗ ਦੇ ਉੱਪਰ ਇਫੈਕਟ ਪਵੇ। ਸੋ ਇਹ ਚੀਜ਼ਾਂ ਇਹਨਾਂ ਨੇ ਐਕਸਪਲੇਨ ਕਰੀਆਂ ਵੀ ਜੇਕਰ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਸੋ ਮੈਂ ਆਪਣਾ ਰਿਜ਼ਾਈਨ ਜਿਹੜਾ ਦੇ ਸਕਦਾ ਵਾਂ। ਸੋ ਹੁਣ ਤੱਕ USA ਦੀ ਗੱਲ ਕਰਾਂ, ਸੋ ਜੌਨਜ ਹੌਪਕਿਨ ਯੂਨੀਵਰਸਿਟੀ ਦੇ ਅਨੁਸਾਰ
186,000 ਜਿਹੜੀਆਂ ਪਲੱਸ ਮੌਤਾਂ ਹੋ ਚੁੱਕੀਆਂ ਨੇ, ਜੋ ਕਿ ਬਹੁਤ ਵੱਡਾ ਡਾਟਾ। ਸੋ ਬਹੁਤ ਸਾਰੇ ਜਿਹੜੇ ਇਹਨਾਂ ਦੇ ਐਕਸਪਰਟ ਆ ਉਹ ਇੱਦਾਂ ਵੀ ਕਹਿ ਰਹੇ ਨੇ ਵੀ ਜਿਹੜਾ 1 ਜਨਵਰੀ ਤੱਕ ਜਿਹੜੇ ਕੇਸਿਸ ਆ ਜਿਹੜੀਆਂ ਡੈਥਸ ਆ ਤਕਰੀਬਨ 4 ਲੱਖ ਦੇ ਨੀਅਰ ਅਬਾਊਟ ਪਹੁੰਚਣਗੀਆਂ। ਸੋ ਜੇਕਰ COVID-19 ਦੇ ਕੇਸਿਸ ਦੀ ਗੱਲ ਕਰਾਂ ਤਾਂ 6 ਮਿਲੀਅਨ ਪਲੱਸ USA ਦੇ ਵਿੱਚ। ਸੋ ਕਿਤੇ ਨਾ ਕਿਤੇ ਇਹ ਚੀਜ਼ ਜ਼ਰੂਰ ਆ ਵੀ ਇਹ ਲਗਾਤਾਰ ਇਹਦੀ ਗਿਣਤੀ ਵੱਧਦੀ ਜਾ ਰਹੀ ਆ। ਇਹ ਇੱਕ ਘਬਰਾਉਣ ਦੇ ਲਈ ਕੋਈ ਨਾ ਕੋਈ ਚੀਜ਼ ਜ਼ਰੂਰ ਹੈਗੀ ਆ, ਕਿਉਂਕਿ ਨੋਰਮਲ ਲਾਈਫ ਦੇ ਵਿੱਚ ਆਉਣ ਲਈ, ਚਲੋ ਹੁਣ ਤਾਂ ਆਪਾਂ ਸਾਰੇ ਹੈ ਨਾ ਨੋਰਮਲ ਲਾਈਫ ਦੇ ਵਿੱਚ ਤੁਸੀਂ ਆ ਗਏ ਹੋ, ਤੁਹਾਨੂੰ ਸਾਰਿਆਂ ਨੂੰ ਇਹ ਭੁੱਲ ਵੀ ਗਈ ਆ ਜ਼ਿਆਦਾਤਰ, ਇਹ ਜ਼ਿਆਦਾ ਬੰਦਾ ਰਿਮੈਂਬਰ ਨਹੀਂ ਰਹਿੰਦੀ। ਬਟ ਇੱਕ ਜਿਹੜੀ ਰਿਲੈਕਸੇਸ਼ਨ ਆ ਜਦੋਂ ਤੁਸੀਂ ਬਿਲਕੁਲ ਰਿਲੈਕਸ ਹੋ ਜਾਓਗੇ, ਉਹ ਚੀਜ਼ ਅਲੱਗ ਆ ਜਿੱਦਾਂ ਪਹਿਲਾਂ ਜਿਹੜੀ ਲਾਈਫ ਸੀਗੀ। ਸੋ ਹੁਣ COVID-19 ਭਾਵੇਂ ਹੈਗਾ ਜਾਂ ਕਿਤੇ ਵੀ ਹੈਗਾ ਜਾਂ ਨਹੀਂ ਵੀ ਹੈਗਾ ਤੁਹਾਡੇ ਕੋਲ, ਤਾਂ ਤੁਹਾਨੂੰ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਇਹਦਾ ਜਿਹੜਾ ਇਹਦੀ ਟੈਨਸ਼ਨ ਜ਼ਰੂਰ ਰਹਿੰਦੀ ਆ। ਸੋ ਉਹ ਰਿਲੈਕਸ ਲਾਈਫ ਜਿਹੜੀ ਨਹੀਂ ਹੈਗੀ। ਸੋ ਜੇਕਰ ਇਹ ਟੀਕਾ ਆ ਜਾਂਦਾ ਸਭ ਤੋਂ ਬੈਸਟ ਆ, ਤਾਂ ਇਹਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਕਿਹਾ ਵੀ ਜੇਕਰ ਇਹ ਆ ਜਾਂਦਾ ਤਾਂ ਇਹਦੇ ਨਾਲ ਚੰਗਾ ਹੋਵੇਗਾ, ਜਿਹੜੇ ਲੋਕਾਂ ਦੀ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਬਚਾਈ ਜਾ ਸਕਦੀ ਆ, ਕਿਉਂਕਿ ਜਿੰਨਾ ਅਮੈਰੀਕਾ ਨੇ ਜਿੰਨੀਆਂ ਡੈਥਸ ਹੋਈਆਂ, ਸੋ ਕਿਤੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਇੰਨੀਆਂ ਜ਼ਿਆਦਾ ਡੈਥਸ ਜਿਹੜੀਆਂ ਨਹੀਂ ਹੋਈਆਂ ਹੈਗੀਆਂ। ਸੋ ਨੈਕਸਟ ਜਿਹੜੀ ਗ੍ਰੇਟ ਨਿਊਜ਼ ਆ, ਸੋ ਸਾਰਿਆਂ ਨੂੰ ਇਹਦੀ ਵੇਟ ਆ ਹੈ ਨਾ। ਸੋ ਇਮੀਗ੍ਰੇਸ਼ਨ ਬੈਨ ਦੇ ਉੱਤੇ ਜਿੱਦਾਂ ਕਿ ਮੈਂ ਤੁਹਾਡੇ ਲਈ ਹੈ ਨਾ ਪਹਿਲਾਂ ਵੀ ਇਹ ਚੀਜ਼ ਐਕਸਪਲੇਨ ਕਰੀ ਸੀਗੀ। ਸੋ ਜਿੱਦਾਂ ਅਪ੍ਰੈਲ ਅਤੇ ਜੂਨ ਦੇ ਵਿੱਚ ਹੈ ਨਾ ਤੁਹਾਡੇ ਪ੍ਰੈਜ਼ੀਡੈਂਟ ਟਰੰਪ ਆ ਐਗਜ਼ੀਕਿਊਟਿਵ ਆਰਡਰ ਸਾਈਨ ਕਰਿਆ ਸੀਗਾ ਹੌਲੀਗਲ ਇਮੀਗ੍ਰੇਸ਼ਨ। ਸੋ ਪਹਿਲਾਂ ਇਹਨਾਂ ਨੇ ਥੋੜ੍ਹੇ ਲਈ ਕੀਤਾ ਸੀ, ਉਹ ਤੋਂ ਬਾਅਦ ਜਿਹੜੀਆਂ ਇਹ ਜੂਨ ਦੇ ਵਿੱਚ ਹੋਰ ਵੀ ਜ਼ਿਆਦਾ ਹੈ ਨਾ ਵਧਾਤੀਆਂ ਸੀ। ਸੋ ਇਹਦੀ ਜਿਹੜਾ ਕੋਰਟ ਦੇ ਵਿੱਚ ਜਿਹੜੀਆਂ ਅਲੱਗ ਅਲੱਗ ਲਾਅ ਫਾਰਮਸ ਨੇ, ਸੋ ਇਹਨਾਂ ਨੇ ਕੇਸ ਜਿਹੜਾ ਕੀਤਾ ਸੀਗਾ। ਸੋ ਜਿਹੜਾ ਕੇਸ ਆ ਇਹ 27 ਅਗਸਤ ਨੂੰ ਇਹਦੀ ਜਿਹੜੇ ਜੱਜ ਪੀ ਮਹਿਤਾ ਨੇ, ਸੋ ਇਹਨਾਂ ਨੇ ਜਿਹੜੀ ਇਹਦੀ ਦਲੀਲਾਂ ਰਾਫਰ ਸੁਣੀਆਂ ਸੀਗੀਆਂ, ਤਾਂ ਦੋਨੇ ਪਾਸੇ ਦੇ ਵਿਚਾਰ ਸੁਣੇ ਸੀਗੇ। ਸੋ ਉਹ ਉਸੇ ਦਿਨ ਜਿਹੜਾ ਇਹਦਾ ਡਿਸੀਜ਼ਨ ਜਿਹੜਾ ਫਾਈਨਲ ਨਹੀਂ ਦਿੱਤਾ ਗਿਆ ਸੀ। ਸੋ ਉਹਨਾਂ ਨੇ ਕਿਹਾ ਸੀ ਵੀ ਇਹਦਾ ਕੋਈ ਟਾਈਮ ਪੀਰੀਅਡ ਨਹੀਂ ਦੱਸਿਆ ਗਿਆ ਸੀ। ਸੋ ਇੱਦਾਂ ਹੀ ਇਹਦੇ ਵਿੱਚ ਕੀ ਚੀਜ਼ ਸੀਗੀ, ਇਹਨਾਂ ਨੇ ਜਿਹੜਾ ਮੇਨ ਚੀਜ਼ ਕਹੀ ਸੀਗੀ ਵੀ ਜੇਕਰ ਤੁਸੀਂ ਅਸੀਂ USA ਦੇ ਵਿੱਚ ਅਨਇੰਪਲਾਇਮੈਂਟ ਬਹੁਤ ਜ਼ਿਆਦਾ ਹੋ ਗਈ ਆ, ਸੋ ਜਿਹੜੀਆਂ ਨੌਕਰੀਆਂ ਜੇਕਰ ਆਉਂਦੇ ਤਾਂ ਨੌਕਰੀਆਂ ਦੇ ਨਾਲ ਨੌਕਰੀਆਂ ਪਰ ਹੋਰ ਇਫੈਕਟ ਪੈਂਦਾ। ਸੋ ਹਾਲਾਂਕਿ ਜਿਹੜੇ ਇਹਨਾਂ ਦੇ ਜਿਹੜੇ ਲਾਅ ਫਾਰਮ ਇਹਨਾਂ ਨੂੰ ਚੈਲੇਂਜ ਕਰ ਰਹੇ ਸੀ, ਉਹਨਾਂ ਨੇ ਕਿਹਾ ਵੀ ਜਿਹੜੀ ਇਮੀਗ੍ਰੇਸ਼ਨ ਆ ਉਹਨੇ ਜਿਹੜੀਆਂ ਨੌਕਰੀਆਂ ਪੈਦਾ ਕਰੀਆਂ ਨੇ, ਸੋ ਇਹ ਕੋਈ ਤਰਕ ਨਹੀਂ ਬਣਦਾ ਹੈਗਾ। ਸੋ ਦੋਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਜਿਹੜਾ ਅੱਜ ਇਹਦਾ ਇੱਕ ਸਪੈਸ਼ਲ, ਪਹਿਲਾਂ ਮੈਂ ਇੰਸਟਾਗ੍ਰਾਮ 'ਤੇ ਤੁਹਾਨੂੰ ਪੋਸਟ ਪਾਈ ਸੀ, ਮੇ ਬੀ ਜ਼ਿਆਦਾਤਰ ਬੰਦਿਆਂ ਨੇ ਰੀਡ ਕਰੀ ਹੈ ਜਿਹੜੇ ਇੰਸਟਾਗ੍ਰਾਮ 'ਤੇ ਫੋਲੋ ਕਰਦੇ ਨੇ, ਜਿਹੜੀ ਕੱਲ੍ਹ ਐਡ ਕਰੀ ਸੀਗੀ ਆਪਾਂ ਨੇ। ਸੋ ਉਹਦੇ ਵਿੱਚ ਇਹ ਚੀਜ਼ ਦੱਸੀ ਆ ਹੁਣ ਇਹਨਾਂ ਨੇ ਵੀ ਜਿੱਦਾਂ ਸਾਰੇ ਮੈਨੂੰ ਰੋਜ਼ ਇਹੀ ਰੋਜ਼ ਮੈਸੇਜ ਆਉਂਦੇ ਆ ਵੀ ਜਿਹੜਾ ਇਹਨਾਂ ਦਾ ਫਾਈਨਲ ਡਿਸੀਜ਼ਨ ਆ ਉਹ ਕਦੋਂ ਆਉਣਾ ਜਾਂ, ਸੋ ਇਹਦੇ ਸੰਬੰਧੀ ਦੱਸੋ ਜਲਦੀ ਦੀ ਗੱਲ। ਤੋਂ ਦੇਖੋ ਜੋ ਅਫੀਸ਼ੀਅਲ ਅਪਡੇਟ ਆਊਗੀ ਜਾਂ ਨਿਊਜ਼ ਆਊਗੀ, ਸੋ ਆਪਾਂ ਤੁਹਾਨੂੰ ਉਦੋਂ ਦੱਸ ਸਕਦੇ ਹਾਂ। ਹੁਣ ਆਪਾਂ ਜਿਹੜੀ ਜੈਨੂਇਨ ਚੀਜ਼ ਆ, ਠੀਕ ਆ, ਸੋ ਉੱਦਾਂ ਆਪਾਂ ਗੱਲਾਂ ਬਾਤਾਂ ਨਹੀਂ ਮਾਰਦੇ, ਜੈਨੂਇਨ ਚੀਜ਼ ਦੱਸਦੇ ਹਾਂ ਵੀ ਸਿੱਧੀ ਜਿਹੜੀ ਗੱਲ ਆ। ਸੋ ਇਹ ਜਿਹੜਾ ਹੁਣ ਘੋਸ਼ਣਾ ਪੱਤਰ ਇਹਦੇ ਵਿੱਚ ਇਹ ਚੀਜ਼ ਦੱਸੀ ਇਹਨਾਂ ਨੇ, ਸੋ ਜਿਹੜੇ ਜੱਜ ਵੀ ਮੈਂ ਤਾਂ ਇਹਨਾਂ ਨੇ ਇਹ ਜਿਹੜੇ ਓਬਾਮਾ ਦੇ ਟਾਈਮ ਦੇ ਵਿੱਚ ਓਬਾਮਾ ਨੇ ਇਹਨਾਂ ਨੂੰ ਜਿਹੜਾ ਜੱਜ ਅਨਾਊਂਸ ਕੀਤਾ ਸੀਗਾ, ਸੋ ਇਹ ਜਿਹੜਾ 31 ਦਸੰਬਰ, ਬਹੁਤ ਸਾਰੇ ਮੈਨੂੰ ਅਜੇ ਵੀ ਮੈਸੇਜ ਆਈ ਜਾਂਦੇ ਆ ਵੀ ਸਾਡੀ ਇੰਟਰਵਿਊ ਨਹੀਂ ਆ ਰਹੀ, ਵੀ ਸਾਡੀ ਇੰਟਰਵਿਊ ਕਦੋਂ ਸਟਾਰਟ ਹੋਊਗੀ। ਸੋ ਜਦੋਂ ਤੱਕ 31 ਦਸੰਬਰ 2020 ਤੱਕ ਬੈਨ ਲੱਗਿਆ, ਸੋ ਇੰਟਰਵਿਊ ਸਟਾਰਟ ਹੋਣ ਦਾ ਕੋਈ ਵੀ ਅਜੇ ਤੱਕ ਇਹਦੇ ਬਾਰੇ ਕੋਈ ਵੀ ਅਪਡੇਟ ਨਹੀਂ ਹੈਗੀ। ਜਦੋਂ ਤੱਕ ਬੈਨ ਨਹੀਂ ਖੁੱਲਦਾ ਤਾਂ ਉਹ ਇੰਟਰਵਿਊ ਕਿੱਦਾਂ ਲੈ ਸਕਦੇ ਆ, ਸੋ ਜੇ ਇੰਟਰਵਿਊ ਹੁੰਦੀ ਵੀ ਆ ਤੁਹਾਨੂੰ ਵੀਜ਼ਾ ਕਿੱਦਾਂ ਦੇ ਸਕਦੇ ਨੇ। ਸੋ ਇਹ ਚੀਜ਼ਾਂ ਸਾਰੀਆਂ ਦੇਖਣੀ ਵਾਲੇ ਨੇ, ਇਕੱਲੇ ਸਿਟੀਜ਼ਨ ਸਪਾਊਸ ਨੂੰ ਛੱਡ ਕੇ ਜਾਂ ਫਿਰ ਫਿਆਂਸੀ ਵੀਜ਼ਾ ਨੂੰ ਛੱਡ ਕੇ, ਉਹ ਤੋਂ ਬਿਨਾਂ ਜਿਹੜੇ ਜਿਨ੍ਹਾਂ ਪਰ ਬੈਨ ਲੱਗਿਆ ਹੋਇਆ ਸੀ, ਠੀਕ ਆ, ਸੋ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਸਪਾਊਸ ਨੇ। ਸੋ ਹੁਣ ਇਹਦੇ ਵਿੱਚ ਇਹ ਚੀਜ਼ ਇਹਨਾਂ ਨੇ ਐਡ ਕਰੀ ਆ ਵੀ ਜਿਹੜੀ ਇਹ ਇੱਕ ਵੀਜ਼ਾ ਚੱਲਦਾ ਡਿਵਾਰਟੀ ਹੈ ਨਾ, ਜਿਹਦੇ ਵਿੱਚ ਤੁਸੀਂ ਪਤਾ ਹੀ ਆ, ਤੁਹਾਨੂੰ ਮੈਂ ਪਹਿਲਾਂ ਕਾਫੀ ਟਾਈਮ ਪਹਿਲਾਂ ਇਹਦੇ ਪਰ ਵੀਡੀਓ ਕਰੀ ਸੀ ਵੀ ਜਿਹੜਾ ਲੋਟਰੀ ਵੀਜ਼ਾ ਚੱਲਦਾ ਜਾਂ ਲਾ ਲਓ ਹੈ ਨਾ, ਸੋ ਉਹਦੇ ਪਰ ਇਹਨਾਂ ਨੇ ਦੱਸਿਆ ਸੀਗਾ ਵੀ ਉਹਦੇ ਪਰ ਜਿਹੜਾ 30 ਸਤੰਬਰ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਐਲਾਨ ਕੀਤਾ ਵੀ 30 ਸਤੰਬਰ ਤੋਂ ਪਹਿਲਾਂ ਉਹਦੇ ਪਰ ਜਿਹੜੀਆਂ ਕਾਰਵਾਈ ਕਰਨੀ ਸਟਾਰਟ ਕਰੋ, ਠੀਕ ਆ। ਸੋ ਬਟ ਜਿਹੜੇ ਕਿਉਂ ਕਾਰਵਾਈ ਕਰਨੀ ਉਹਦੇ ਪਰ ਸਟਾਰਟ ਕਰੋ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਸਟਾਰਟ ਕਰੋ, ਕਿਉਂਕਿ 30 ਸਤੰਬਰ ਤੋਂ ਬਾਅਦ ਜਿਹੜੇ ਇਹ, ਕਿਉਂਕਿ ਜਿਹੜਾ ਸੈਸ਼ਨ ਚੱਲਦਾ ਜਿਹੜਾ ਇਹ ਈਅਰ ਸਾਲ ਮੰਨਦੇ ਨੇ ਉਹ 30 ਸਤੰਬਰ ਤੱਕ ਮੰਨਦੇ ਨੇ। ਸੋ ਇਹਨਾਂ ਨੇ ਇਹ ਜਿਹੜੇ ਜੱਜ ਸੀ 2014 ਦੇ ਵਿੱਚ ਬਰਾਕ ਓਬਾਮਾ ਨੇ ਜਿਹੜੇ ਨਾਮਜ਼ਦ ਕਰੇ ਸੀ, ਕੋਲੰਬੀਆ ਜ਼ਿਲ੍ਹਾ ਕੋਰਟ ਦੇ ਜੱਜ ਆ ਇਹ ਅਮਿਤ ਪੀ ਮਹਿਤਾ। ਸੋ ਹੁਣ ਇਹਨਾਂ ਦਾ ਫੈਸਲਾ ਇਹ 85 ਪੰਨਿਆਂ ਦਾ ਵਾ, ਮਤਲਬ 85 ਪੇਜਸ ਨੇ। ਸੋ ਉਹਦੇ ਵਿੱਚ ਮੈਂ ਜਿਹੜਾ ਹਾਈਲਾਈਟ ਪੜ੍ਹਿਆ, ਮੈਨੂੰ ਆਹੀ ਚੀਜ਼ ਲੱਗੀ ਆ ਵੀ ਜਿਹੜੀ
ਡਿਵੈਟੀ ਵੀਜ਼ਾ ਲਾਟਰੀ ਵਾਲੇ ਆ ਉਹ ਜਿਹੜੇ ਹੁਣ ਇਹਦੇ ਵਿੱਚ ਆ ਸਕਦੇ ਨੇ, ਮਤਲਬ ਉਹਨਾਂ ਲਈ ਇਹ ਬੈਨ ਜਿਹੜਾ ਇਹਨਾਂ ਨੇ ਪਰਮਿਸ਼ਨ ਦਿੱਤੀ ਆ। ਠੀਕ ਹੈ, ਇਹਨਾਂ ਨੇ ਕਿਹਾ ਵੀ ਉਹ ਤੋਂ ਪਹਿਲਾਂ ਪਹਿਲਾਂ ਜਿਹੜਾ 30 ਸਤੰਬਰ ਤੋਂ ਪਹਿਲਾਂ ਉਹਨੂੰ ਜਲਦੀ ਤੋਂ ਜਲਦੀ ਸਟਾਰਟ ਕਰੋ। ਸੋ ਬਟ ਜਿਹੜੀ ਫੈਮਿਲੀ ਵੀਜ਼ਾ ਲੱਗਿਆ ਜਾਂ ਕਿਸੇ ਦਾ ਗ੍ਰੀਨ ਫੈਮਿਲੀ ਵੀਜ਼ਾ ਵਾਲਾ ਲਈ ਆ, ਸੋ ਉਹਨਾਂ ਦੇ ਸੰਬੰਧੀ ਇਹਦੇ ਵਿੱਚ ਕੋਈ ਅਪਡੇਟ ਅਜੇ ਐਡ ਨਹੀਂ ਕਰੀ ਹੈਗੀ। ਹੋ ਸਕਦਾ ਵੀ ਉਹਦੇ ਲਈ ਜਲਦੀ ਕੋਈ ਵੱਡੀ ਅਪਡੇਟ ਉਹਦੇ, ਪਰ ਇਹ ਪੋਜ਼ਿਟਿਵ ਚੱਲ ਰਿਹਾ, ਕਿਤੇ ਨਾ ਕਿਤੇ ਪੋਜ਼ਿਟਿਵ ਆ ਰਿਜ਼ਲਟ ਵੀ ਇਹਦੇ ਪੋਜ਼ਿਟਿਵ ਆਏ ਨੇ। ਸੋ ਮੈਂ ਉਸ ਦਿਨ ਵੀ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਕੇਸ ਆ ਉਹ ਪੋਜ਼ਿਟਿਵ ਵੱਲ ਆ। ਠੀਕ ਆ, ਸੋ ਇਹ ਇਹਨਾਂ ਨੇ ਇਹਦੇ ਵਿੱਚ ਇਹ ਚੀਜ਼ ਜਿਹੜੇ ਵਿਰੋਧੀ ਲਾਅ ਫਾਰਮਸ ਨੇ ਉਹਨਾਂ ਨੇ ਜਿਹੜੀ ਇਹ ਪਹਿਲੀ ਜਿੱਤ ਲਈ ਆ ਵੀ ਘੱਟੋ ਘੱਟ ਡਿਵੈਟੀ ਵੀਜ਼ਾ ਲਾਟਰੀ ਵਾਲਿਆਂ ਲਈ, ਤਾਂ ਇਹ ਉਹਨਾਂ ਲਈ ਹੁੰਦੀ ਹੈ ਵੀ ਜਿਹੜੇ ਦੇਸ਼ਾਂ ਦੇ ਲੋਕ USA ਦੇ ਵਿੱਚ ਘੱਟ ਨੇ, ਜਿੱਦਾਂ ਨੇਪਾਲ ਵਗੈਰਾ ਨੇ, ਸੋ ਹੋਰ ਵੀ ਬਹੁਤ ਸਾਰੀਆਂ ਕੰਟਰੀਆਂ ਨੇ ਜਿਨ੍ਹਾਂ ਦੇ ਲੋਕ ਇੱਥੇ ਘੱਟ ਨੇ, ਸੋ ਉਹਨਾਂ ਦੇ ਲਈ ਇਹਨਾਂ ਨੇ ਪ੍ਰੋਗਰਾਮ ਚਲਾਇਆ ਸੀ। ਸੋ ਇਹਨਾਂ ਨੂੰ ਪਰਮਿਸ਼ਨ ਇਹਨਾਂ ਨੇ ਹੁਣ ਦੇਤੀ ਆ, ਸੋ ਹੁਣ ਬਾਕੀ ਦੇਖਦੇ ਨੇ ਜਿਹੜੇ ਫੈਮਿਲੀ ਵਾਲੇ ਵੇਟ ਕਰ ਰਹੇ ਆ ਉਹਨਾਂ ਲਈ ਕਦੋਂ ਜਿਹੜੀ ਫਾਈਨਲ ਅਪਡੇਟ ਜਦੋਂ ਆਉਂਦੀ ਆ। ਸੋ ਇਹ ਸੀਗਾ ਅੱਜ ਦਾ ਥੋੜ੍ਹਾ ਜਿਹਾ ਆਪਾਂ ਤੁਹਾਨੂੰ ਅਪਡੇਟ ਸ਼ੇਅਰ ਕਰਨੀ ਸੀ। ਸੋ ਹੋਪਫੁਲੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ। ਚੰਗਾ ਜੀ, ਸੋ ਜੇ ਕਿਸੇ ਦਾ ਕਮੈਂਟ ਆ ਅਜੇ ਵੀ ਡਾਊਟ ਆ ਤਾਂ ਕਮੈਂਟ ਕਰ ਦਿਓ। ਚੰਗਾ ਜੀ, ਸਤਿ ਸ਼੍ਰੀ ਅਕਾਲ ਸਾਰਿਆਂ।